ਸਭ ਤੋਂ ਪਹਿਲਾਂ ਤਾਂ ਗੋਇਲ ਸਾਹਿਬ, ਮੈਂ ਨਾ ਫਸਟ ਵੇਅ ਦਾ ਬਹੁਤ ਬਹੁਤ ਧੰਨਵਾਦ ਸਾਰੀ ਮਾਰਕੀਟ ਵੱਲੋਂ ਕਰਨਾ ਚਾਹੁੰਦਾ, ਕਿਉਂਕਿ ਜੇ ਮੈਂ ਤਾਂ ਮੇਰਾ ਮੰਨਣਾ ਤਾਂ ਇਹ ਸਰਕਾਰ ਨੇ ਸੜਕ ਨਹੀਂ ਬਣਾਈ, ਇਹ ਚੈਨਲ ਨੇ ਬਣਾਈ, ਆਪਣੇ ਚੈਨਲ ਨੇ, ਕਿਉਂਕਿ ਜਿਹੜੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ, ਦੋ ਤਿੰਨ ਵਾਰ ਤੁਹਾਡੇ ਪ੍ਰਯਾਸ ਨਾਲ ਚੈਨਲ 'ਤੇ ਨਿਊਜ਼ ਆਉਣ ਨਾਲ ਫਿਰ ਇਹ ਗੱਲ ਬਣੀ ਹੈ। ਅਗਲੇ ਦਿਨ ਹੀ ਚੈਨਲ 'ਤੇ ਨਿਊਜ਼ ਆਉਣ ਦੇ ਅਗਲੇ ਦਿਨ ਹੀ ਅਸਰ ਹੋਣ ਲੱਗ ਗਿਆ ਸੀ, ਸਾਰੇ ਬਾਜ਼ਾਰ ਵਾਲਿਆਂ ਨੇ ਅਸੀਂ ਬਹੁਤ ਵਾਰੀ ਚਰਚਾ ਕਰੀ ਵੀ ਫਸਟ ਵੇਅ 'ਤੇ ਨਿਊਜ਼ ਆਉਣ ਨਾਲ ਹੀ ਅਗਲੇ ਦਿਨ ਹੀ ਅਸਰ ਹੋ ਗਿਆ, ਤਾਂ ਜਦੋਂ ਅਸਰ ਹੋ ਗਿਆ ਤਾਂ ਸਾਡਾ ਮੰਨਣਾ ਹੁਣ ਇਹ ਬਣਿਆ ਹੋਇਆ ਵੀ ਸਾਡੀ ਊਂ ਸੁਣਵਾਈ ਨਹੀਂ ਹੋ ਰਹੀ ਸੀ, ਅਸੀਂ ਧਰਨੇ ਵੀ ਲਾ ਲਏ ਸੀ, ਬਹੁਤ ਕੁਝ ਕਰ ਲਿਆ ਸੀ, ਅਸੀਂ ਤੁਹਾਡੇ ਚਰਨ ਦਾ ਬਹੁਤ ਬਹੁਤ ਫਸਟ ਵੇਅ ਦਾ ਧੰਨਵਾਦ ਕਰਦੇ ਹਾਂ। ਚੈਨਲ ਤੋਂ ਇਲਾਵਾ ਸਿਆਸੀ ਪਾਰਟੀਆਂ ਦਾ ਜਿਵੇਂ ਮੁਹੰਮਦ ਸਲੀਮ ਹਲਕਾ ਇੰਚਾਰਜ ਹੈ, ਕੀ ਉਹਨਾਂ ਨੇ ਵੀ ਸਹਿਯੋਗ ਦਿੱਤਾ ਇਸ ਵਿੱਚ? ਦੇਖੋ ਜੀ, ਜੇ ਸਹੀ ਗੱਲ ਕਰਨੀ ਹੈ ਤਾਂ ਮੇਰੇ ਖਿਆਲ 'ਚ ਵਿੱਚ ਪਬਲਿਕ ਨੂੰ ਬਹੁਤਾ ਸਹਿਯੋਗ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਨਹੀਂ ਮਿਲਿਆ, ਭਾਵੇਂ ਉਹ ਕੋਈ ਵੀ ਪਾਰਟੀ ਸੀ, ਚਾਹੇ ਆਪ ਵਾਲੇ ਸੀ, ਚਾਹੇ ਉਹ ਬਾਦਲ ਸਰਕਾਰ ਸੀ, ਅਤੇ ਚਾਹੇ ਇਹ ਕੈਪਟਨ ਸਰਕਾਰ ਦੇ ਬੰਦੇ ਸੀ। ਸਰ, ਅਸੀਂ ਤਾਂ ਜਿਵੇਂ ਘਰ ਵਿੱਚ ਮੁੰਡਾ ਜੰਮਿਆ ਹੋਵੇ ਓਨੀ ਖੁਸ਼ੀ ਹੁੰਦੀ ਹੈ, ਅਤੇ ਅਸੀਂ ਇਹ ਸੜਕ ਬਣਨ 'ਤੇ ਓਨੇ ਖੁਸ਼ ਹੈ ਵੀ ਸਾਡੀ ਇਹ ਸੜਕ ਬਣ ਚੁੱਕੀ ਹੈ। ਅਸੀਂ ਇਹ ਸੜਕ ਬਾਰੇ ਜਦੋਂ ਵੀ ਸਾਡੇ ਵਿਪਨ ਜੀਆਂ ਨੂੰ ਅਸੀਂ ਫੋਨ ਕਰਦੇ ਸੀ, ਉਹ ਸਾਡੀ ਆ ਕੇ ਜਿਹੜਾ ਫਾਸਟਵੇ ਚੈਨਲ 'ਤੇ ਸਾਡੀ ਖਬਰ ਲਾ ਦਿੰਦੇ ਸੀ। ਅਸੀਂ ਇਹ ਫਾਸਟਵੇ ਚੈਨਲ ਵਾਲਿਆਂ ਦਾ ਅਸੀਂ ਇੰਨੇ ਕਾਤੀ ਉਭਾਰੀ ਹਾਂ ਵੀ ਅਸੀਂ, ਮੈਂ ਕਹਿੰਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਹੜੀ ਇਹਨਾਂ ਦੀ ਗੌਰ ਖਬਰ 'ਤੇ ਗੌਰ ਹੋ ਕੇ ਜੀ ਸਾਨੂੰ ਇਹ ਮਿੱਟੀ ਦੀ ਦਸਤ ਦੀ ਜਿਹੜੀ ਪਾਈਆ ਮਿੱਟੀ ਸਾਡੇ ਅੰਦਰ ਜਾਂਦੀ ਸੀ ਉਹ ਜਾਣ ਤੋਂ ਬਚਾਇਆ ਗਿਆ। ਅਸੀਂ ਇਸ ਚੈਨਲ ਵਾਲਿਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਖਬਰਾਂ ਸੜਕ ਬਾਰੇ ਅਸੀਂ 1.5 ਸਾਲ ਹੋ ਗਏ ਜੀ ਅਸੀਂ ਘੱਟਾ ਖਾਈ ਜਾਂਦੇ ਹਾਂ, ਅਸੀਂ ਇੰਨੇ ਕੁ ਔਖੇ ਹਾਂ ਵੀ ਸਾਡੀ ਅੱਧੀ ਮਾਰਕੀਟ 'ਚੋਂ ਕਈ ਬੰਦੇ ਦੁਕਾਨਾਂ ਛੱਡ ਕੇ ਚਲੇ ਗਏ ਸੀ। ਹੁਣ ਇਹਨਾਂ ਨੇ 5-7 ਵਾਰੀ ਇੰਨੀਆਂ ਕੜੀਆਂ ਅਤੇ ਕਰਾਰੀਆਂ ਖਬਰਾਂ ਲਾਈਆਂ ਜਿਹਦੇ ਖਬਰਾਂ ਦੇ ਅਸਰ ਹੋਣ 'ਤੇ ਇਹ ਸੜਕ ਦੀ ਸੁਣਵਾਈ ਹੋ ਗਈ ਅਤੇ ਸਾਡੀ ਸੜਕ ਬਣ ਗਈ। ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਤੁਹਾਡਾ ਚੈਨਲ ਇੰਨੀਆਂ ਕੁ ਅੱਛਾਈਆਂ 'ਤੇ ਜਾਵੇ ਵੀ ਇਹਨੂੰ ਕਦੇ ਪਿੱਛੇ ਦੇਖਣ ਦੀ ਲੋੜ ਨਾ ਪਵੇ। ਅਸੀਂ ਫਸਟ ਵੇਅ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਬਰ ਪਹੁੰਚਾਈ ਅਤੇ ਸਾਡਾ ਹੱਲ ਹੋਇਆ, ਸੁਣਵਾਈ ਹੋਈ, ਬਹੁਤ ਬਹੁਤ ਧੰਨਵਾਦ। ਬਹੁਤ ਜ਼ਿਆਦਾ ਸੜਕ ਨਹੀਂ ਬਣ ਰਹੀ ਸੀ ਜੀ, ਅਸੀਂ ਫਸਟ ਵੇਅ ਵਾਲਿਆਂ ਨੂੰ ਕਿਹਾ, ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਜੀ, ਅਸੀਂ ਉਹ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਕਰਕੇ ਸੜਕ ਬਣੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ, ਮੈਂ ਅਮਰਜੀਤ ਸਿੰਘ, ਸਭ ਤੋਂ ਪਹਿਲਾਂ ਮੈਂ ਇੱਥੋਂ ਦੇ ਜਿਹੜੇ ਸਥਾਨੀ ਪ੍ਰਸ਼ਾਸਨ ਔਰ ਆਪਣੇ ਫਾਸਟ ਵੇ ਔਰ ਸਾਰਿਆਂ ਦਾ ਧੰਨਵਾਦੀ ਹੋਵਾਂਗੇ ਕਿ ਜਿਹੜੀ ਇਹਨਾਂ ਨੇ ਮਤਲਬ ਸਮੱਸਿਆ ਬਾਰੇ ਚੁੱਕੀ ਸੀ ਪ੍ਰਸ਼ਾਸਨ ਅੱਗੇ, ਉਹ ਬਹੁਤ ਜਲਦੀ ਹੱਲ ਕਰਵਾਉਣ ਦੇ ਵਿੱਚ ਸਫਲ ਹੋਏ ਆ, ਤਾਂ ਇਸ ਕਰਕੇ ਮੈਂ ਫਾਸਟ ਵੇ ਨੂੰ ਸਥਾਨੀ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਜੀ। ਵੀ ਸਾਡਾ ਜਿਹੜਾ ਫਾਸਟ ਵੇ ਆ, ਇਹਨਾਂ ਨੇ ਜਦੋਂ ਵੀ ਅਸੀਂ ਇੱਥੇ ਗੱਲ ਆਈ ਹੈ, ਇਹਨਾਂ ਨੇ ਸਾਡੇ ਕੋਲ ਭੱਜ ਕੇ ਜਿਹੜੀ ਬਾਂਹ ਫੜੀ, ਆਪਦੀ ਖਬਰ ਨੂੰ ਬੇਧੜਕੋ ਕੇ ਬੇਜਣੀ ਕਿ ਇਹਨਾਂ ਲੋਕਾਂ ਦੇ ਖੌਫ ਤੋਂ ਬਿਨਾਂ ਸਿਆਸੀ ਲੋਕਾਂ ਤੋਂ ਜਾਣੀ ਕਿ ਆਪਦੇ ਚੈਨਲ 'ਤੇ ਚਲਾਇਆ ਇਹਨਾਂ ਨੇ, ਲੋਕਾਂ ਤੱਕ ਸਾਡੀ ਗੱਲ ਲਿਆਂਦੀ, ਬੋਲੀ ਸਰਕਾਰ ਨੂੰ ਵੀ ਦੱਸਿਆ, ਇੱਥੋਂ ਦੇ ਅਫਸਰ ਸ਼ਾਹੀ ਨੂੰ ਦੱਸਿਆ, ਲੋਕਾਂ ਦਾ ਜਿਹੜਾ ਗੁੱਸਾ ਸੀ ਜਿਹੜਾ ਚੈਨਲ ਥਾਣੀ ਸਰਕਾਰ ਤੱਕ ਪਹੁੰਚਦਾ ਰਿਹਾ, ਅਤੇ ਅਸੀਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੜਕ ਵੱਲੋਂ ਵਾਲਿਆਂ ਵੱਲੋਂ ਵੀ ਅਤੇ ਲੋਕਾਂ ਵੱਲੋਂ ਵੀ। ਹਾਂ, ਅਤੇ ਜਿਹੜੇ ਇੱਥੋਂ ਦੇ ਸਿਆਸੀ ਲੋਕ ਹੈ ਸਿਰਫ ਇੱਥੇ ਉਦਘਾਟਨ ਕਰਨ ਹੀ ਆਏ ਹੈ, ਅਤੇ ਉਦਘਾਟਨ ਉਹਨਾਂ ਨੂੰ ਵੀ ਪਤਾ ਵੀ ਉਦਘਾਟਨ ਦੇ ਹੱਕਦਾਰ ਕੌਣ ਹੈ, ਇਹ ਸਿਆਸੀ ਲੋਕਾਂ ਨੂੰ ਪਤਾ ਅਤੇ ਲੋਕਾਂ ਨੂੰ ਵੀ ਪਤਾ, ਅਤੇ ਨਾਲ ਪ੍ਰੈਸ ਦਾ ਸਹਿਯੋਗ ਜ਼ਰੂਰੀ ਹੈ।